Thank you.
सरकारी योजनाओं का आवास निर्माण कराया गया था,
ਜੋ ਖੂਬ ਐਸੇ ਲੋਕਾਂ ਕੇ ਲਿਏ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਲਾਗੂ ਕੀ ਗਈ ਹੈ ਔਰ ਉਸਕੇ ਅੰਤਰਗਤ ਆਵਾਸ ਨਿਰਮਾਣ ਕੇ ਲਿਏ 1,20,000 ਕੀ ਸਹਾਇਤਾ ਦੀ ਜਾ ਰਹੀ ਹੈ। ਅਨੁਸੂਚਿਤ ਜਾਤ ਅਨੁਸੂਚਿਤ ਜਨਜਾਤੀ ਵਾਲੇ ਪਿਛੜਾ ਵਰਗ ਕੇ ਲੋਕਾਂ ਕੇ ਵਾਹ ਕ੍ਰੈ ਫਿਰ ਮੁੱਖ ਮੰਤਰੀ ਵਾਹ ਅਫਸਰ ਕ੍ਰੈ ਸਹਾਇਤਾ ਯੋਜਨਾ ਲਾਗੂ ਕੀ ਗਈ ਹੈ। ਗ੍ਰਾਮੀਣ ਖੇਤਰੋਂ ਨੇ ਆਵਾਗਮਨ ਕੇ ਵਿਕਾਸ ਕਰਤਾ ਲੋਕੋ ਕੇ ਪਰਿਵਾਰ ਕੀ ਜੀਵਿਕਾ ਉਪਲਬਧ ਕਰਾਨੇ ਕੇ ਲਿਏ ਮੁੱਖ ਮੰਤਰੀ ਗ੍ਰਾਮ ਪਰਿਵਾਰ ਯੋਜਨਾ ਲਾਗੂ ਕੀ ਗਈ ਹੈ। ਇਸ ਯੋਜਨਾ ਦੇ ਤਹਿਤ ਪ੍ਰਤੇਕ ਪੰਚਾਇਤ ਨੂੰ 3 ਅਨੁਸੂਚਿਤ ਜਾਤ ਜਨਜਾਤ ਅਤਿ ਪਿਛੜਾ ਵਰਗ ਕੇ ਲਾਭਾਰਥੀਆਂ ਕੇ ਯੋਗ ਬਣਾਉਣ ਕੇ ਖਰੀਦ ਪ੍ਰਕਿਰਿਆ ਮੁੱਲ ਕੀ 50% ਰਾਸ਼ ਅਥਵਾ ਅਧਿਕਤਮ 1,00,000 ਰੁਪਏ ਦਾ ਅਨੁਦਾਨ ਦਿਆ ਜਾ ਰਿਹਾ ਹੈ। ਰਾਜ ਸਰਕਾਰ ਗੁਰਜਨਾਂ ਦੇ ਕਲਿਆਣ ਕੇ ਲਈ 71,000 ਕੇ ਲਈ ਮੁੱਖ ਮੰਤਰੀ ਗੁਰਜਨ ਪਿੰਡ ਯੋਜਨਾ ਲਾਗੂ ਕੀ ਗਈ ਹੈ। ਇਸ ਯੋਜਨਾ ਦੇ ਅੰਤਰਗਤ ਜਿੱਦਾਂ ਸ਼ਾਹਗੜ੍ਹ ਦੀ ਉਮਰ ਚ ਆਪ ਕੇ ਵੀ ਆਏ ਬੜ ਕੇ ਸਭੀ ਮਹਿਲਾ ਜੋ ਪੁਰਖੋਂ ਜੋ ਕੋਈ ਹੈ ਪਿੰਡ ਪ੍ਰਾਪਤ ਨਹੀਂ ਹੋ ਉਹ ਪੈਸਾ ਦਿਆ ਜਾ ਰਿਹਾ ਹੈ। ਰਾਜ ਸਰਕਾਰ ਗੁਰਜਨਾਂ ਦਾ ਅੰਤਰਗਤ ਸਮਾਧਾਨ ਕੇ ਲਈ ਸੋਚੇ ਪਰਿਵਾਰਕ ਮਸਵਾਰੇ ਕੇ ਨਿਬੰਧਨ ਕੇ ਲਈ ਰਾਜ ਸਰਕਾਰ ਨੇ ਇਸ ਤੈਅ ਸ਼ੁਲਕ ਕੋ ਘਟਾ ਕਰ ਮਾਤਰ 50 ਰੁਪਿਆ ਤਥਾ ਨਿਬੰਧਨ ਸ਼ੁਲਕ ਕੋ ਘਟਾ ਕਰ 50 ਰੁਪਿਆ ਕਿਹਾ ਹੈ। ਅਬ ਲੋਕ ਆਪਣੇ ਪਰਿਵਾਰ ਕੇ ਮਸਵਾਰੋ ਪਰ ਨਿਬੰਧਨ ਕਰਕੇ ਖਰਚਾ ਕਰ ਰਿਹਾ ਹੈ। ਬਿਹਾਰ ਦੇਸ਼ ਦਾ ਬਹੁਤ ਆਪਦਾ ਪ੍ਰਬਲ ਰਾਜ ਹੈ। ਰਾਜ ਸਰਕਾਰ ਆਪਦਾ ਸ਼ੁਲਕੋ ਕੋ ਰਾਹਤ ਔਰ ਬਚਾਅ ਕੋ ਹਰ ਸੰਭਵ ਮਦਦ ਪਹੁੰਚਾਉਣ ਕੇ ਲਈ ਵਿਭਿੰਨ ਆਕਾਰੋਂ ਕੇ ਲਈ ਮਾਨਕ ਸੰਚਾਲਨ ਪ੍ਰਕਿਰਿਆ ਗਠਿਤ ਕਰਨਾ ਦਾ ਰਿਸਪਾਂਸ ਮਾਨਦੰਡ ਸਥਾਪਿਤ ਕਰਨਾ ਇਹ ਬਿਹਾਰ ਦੇਸ਼ ਦਾ ਅਗਲੀ ਰਾਜ ਹੈ। ਗਤ ਵਰਸ ਜੁਲਾਈ ਮਹੀਨੇ ਬਾਰੀ ਵਰਖਾ ਦੇ ਕਾਰਨ ਉੱਤਰ ਬਿਹਾਰ ਬੱਚੇ ਨੇ ਜ਼ਿਲ੍ਹੇ ਦੇ ਲੋਕ ਬਾਹਰ ਤੋਂ ਪ੍ਰਭਾਵਿਤ ਹੋ ਗਏ। ਉਸਕੇ ਬਾਅਦ ਬਿਹਾਰ ਦੇ ਕਈ ਜ਼ਿਲ੍ਹੇ ਦੇ ਸੂਖੇ ਕੇ ਪ੍ਰਭਾਵਿਤ ਲੋਕ ਪ੍ਰਭਾਵਿਤ ਹੋ ਗਏ। ਉਹਨਾਂ ਸਤੰਬਰ ਮਹੀਨੇ ਦੇ ਰਾਜ ਨੇ ਹੋਏ ਭਾਰੀ ਬਰਫ਼ਾਤ ਦੇ ਕਾਰਨ ਗੰਗਾ ਜੀ ਵਿੱਚ ਕੁਛ ਸਹਾਇਕ ਨਦੀਆਂ ਦੇ ਜਲਸਤਰ ਤੱਕ ਵੱਧ ਗਿਆ ਜਿਸਦੇ ਕਾਰਨ 16 ਜ਼ਿਲ੍ਹੇ ਦੇ ਲੋਕ ਪ੍ਰਭਾਵਿਤ ਹੋਏ। ਬਾਹਰ ਦੇ ਪ੍ਰਭਾਵਿਤ ਪਰਿਵਾਰਾਂ ਤੋਂ ਸਹਾਇਤਾ ਰਾਜ ਨੇ ਸੂਖੇ ਦੇ ਪ੍ਰਭਾਵਿਤ ਪਰਿਵਾਰਾਂ ਤੋਂ ਤਤਕਾਲ ਸਹਾਇਤਾ ਰਾਜ ਦੀ ਗਈ। ਅਬ ਤੱਕ 12 ਕਿਸਾਨ ਨੇ ਪ੍ਰਭਾਵਿਤ ਹੋਏ 48,117 ਪਰਿਵਾਰਾਂ ਤੋਂ ਕੁੱਲ 2,298.21 ਕਰੋੜ ਰੁਪਏ ਦੀ ਸਹਾਇਤਾ ਦੀ ਗਈ। ਸਹਾਇਤਾ ਨੇ ਸੂਬੇ ਦੇ ਕਰੀਬ ਦੇ ਮੌਸਮ ਨੇ ਖੇਤੀ ਨਹੀਂ ਕਰ ਪਾਉਣ ਵਾਲੇ ਲਫਾਵਾਂ ਦੇ ਕਾਰਨ ਫਸਲ ਛੱਤ ਵਾਲੇ ਕਿਸਾਨਾਂ ਨੂੰ ਸਹਾਇਤਾ ਦੇ ਲਈ ਕਿਰਤੀ ਇਨਪੁੱਟ ਅਨੁਦਾਨ ਫਿਰ 772.48 ਕਰੋੜ ਰੁਪਏ ਦਾ ਭੁਗਤ ਕੀਤੇ ਗਏ ਔਰ ਅਬ ਤੱਕ 4.4 ਲੱਖ ਕਿਸਾਨਾਂ ਕੋ 205.32 ਕਰੋੜ ਰੁਪਏ ਕਾ ਹਸਤਾਂਤਰ ਕਰ ਦਿਆ ਗਿਆ। ਰਾਜ ਸਰਕਾਰ ਦਾ ਖਰਚਾ ਲਗਾ ਕੇ ਰਾਜ ਦੇ ਖਜ਼ਾਨੇ ਦਾ ਕਾਲਾ ਅਧਿਕਾਰ ਆਪਦਾ ਪ੍ਰਯੋਗ ਕਹਾ ਇਸ ਸੰਕਲਪ ਦੇ ਤਹਿਤ ਰਾਜ ਸਰਕਾਰ ਆਪਦਾ ਪ੍ਰਯੋਗ ਦੀ ਮਦਦ ਮੁਹੱਈਆ ਕਰਾਉਣ ਦੇ ਲਈ ਹਮੇਸ਼ਾ ਤਿਆਰ ਹੈ। ਇਨ ਦਿਨੋਂ ਜਲਵਾਯ ਪਰਿਵਰਤਨ ਸਭ ਬੜੇ ਖਤਰੇ ਦੇ ਰੂਪ ਨੂੰ ਉਭਰਾ ਹੈ। ਪੂਰਵੇ ਪਰਿਆਵਰਣ ਦੀ ਪ੍ਰਸੰਨਤਾ ਨਦੀਆਂ ਭਾਜਿਆਂ ਦੀ ਸਾਫਤਾ ਆਬਾਦੀ ਦੀ ਕਮੀ ਧੀਰੇ ਧੀਰੇ ਆਬਾਦੀ ਵਧਦੀ ਗਈ ਔਰ ਵਿਗਿਆਨ ਔਰ ਤਕਨੀਕ ਦਾ ਵਿਕਾਸ ਹੋਇਆ। ਇਸ ਵਿਕਾਸ ਦਾ ਹਾਨਿਕਾਰਕ ਪ੍ਰਭਾਵ ਪਰਿਆਵਰਣ ਦੇ ਉੱਪਰ ਇਸਕਾ ਅਰਥ ਗਲੋਬਲ ਵਾਰਮਿੰਗ ਨੇ ਜਲਵਾਯੂ ਪਰਿਵਰਤਨ ਦੇ ਰੂਪ ਨੂੰ ਦਿਖਣ ਲਗਾ ਹੈ ਜਿਸਦੇ ਕਹੀ ਸਮੇਂ ਅਸਰ ਵਰਖਾ ਕਾਲ ਦੀ ਪਾਰ ਦੇ ਪਰੇ ਬਾਹਰ ਦੀ ਸਮੱਸਿਆ ਆਦਿ ਤੂਫਾਨ ਬਰਤੀ ਦੀ ਬਰਤਾਨੀ ਦੀ ਸਮੱਸਿਆ ਦਿਖ ਰਹੀ ਹੈ। ਮਾਨਸੂਨ ਪੈਦਲ ਬਦਲ ਰਹਾ ਬਿਹਾਰ ਕੇ ਵੀ ਕਮ ਹੋਇਆ ਵਰਖਾ ਦੇ ਲੰਬਾ ਅੰਤਰਾਲ ਤੋਂ ਅਚਾਨਕ ਭਾਰੀ ਵਰਖਾ ਦੇ ਵੀ ਸਥਿਤੀਆਂ ਉਤਪੰਨ ਹੋ ਰਹੀ ਹੈ। ਬਿਹਾਰ ਤੂਫਾਨ ਔਰ ਤੂਫਾਨ ਦੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲ ਬਰਤਾਤ ਦੇ ਕਾਰਨ ਭੂਜਲ ਅਸਤਰ ਦੇ ਲਗਾਤਾਰ ਗਿਰਾਵਟ ਦਰਜ ਕੀ ਜਾ ਰਹੀ ਹੈ। ਬਰਫ 2,000 ਦੱਖਣ ਦੱਖਣੀ ਬਿਹਾਰ ਦੇ ਜ਼ਿਲ੍ਹੋਂ ਦੇ ਬਾਅਦ ਉੱਤਰ ਬਿਹਾਰ ਦੇ ਕੁਝ ਜ਼ਿਲ੍ਹੋਂ ਦਾ ਵੀ ਜਲ ਅਸਤਰ ਦੇ ਗਿਰਾਵਟ ਆਈ ਹੈ। ਜਲਵਾਯੂ ਪਰਿਵਰਤਨ ਦੇ
उत्पन्न संपर्क समस्याओं से निपटने के उद्देश्य से राज्य सरकार द्वारा 26 अक्टूबर 2019 से जल जीवन हरियाली अभियान शुरू किया गया है। इसके अंतर्गत 24,000 गांव को 24 करोड़ रुपए की योजनाओं का मिशन मोड में क्रियान्वयन किया जा रहा है तथा इसके अनुसार की गई है। जल जीवन हरियाली अभियान के अंतर्गत सार्वजनिक जल स्रोतों का मुक्त करना, जल स्रोतों में कुओं का जीर्णोद्धार कराना, चौकता निर्माण, नए जल स्रोतों का सृजन, जल संरक्षण है कि जल का निर्माण सरकारी भवनों पर छत पर जल बनते हैं, मौकों महफूज किसी बड़े पैमाने पर वृक्षारोपण, सौर ऊर्जा पर जोर तथा जागरूकता का अभियान चालू है। जल जीवन हरियाली जागरूकता 19 जनवरी 2020 को राज्य में 18,000 किलोमीटर से अधिक लंबी मानव श्रृंखला बनी, जिसमें 5,16,00,000 से अधिक लोगों ने भाग लेकर पर्यावरण के संरक्षण के प्रति अपना समर्थन व्यक्त किया। पर्यावरण संस्था के प्रवर्तन में बनी एक यादव मानव श्रृंखला विश्व में इसी भी मुद्दों पर बनी अब तक की सबसे लंबी मानव श्रृंखला है। यह श्रृंखला मुताबिक जो पश्चिमता दहेज प्रथा बाल विवाह के खिलाफ निधि थी, इसके माध्यम से बिहार की जनता न सिर्फ देश की बल्कि पूरे विश्व को पर्यावरण के प्रति अपनी प्रतिबद्धता का संदेश दिया। सरकार की कामना है कि समाज में सद्भाव और भाईचारे का वातावरण कायम रहे। दशहरा दिवस के शुभ अवसर पर मैं आप लोगों को आह्वान करता हूँ कि उन्नत बिहार के साथ साथ समाज सुधार हेतु पर्यावरण के प्रति जागरूक रहे। बिहार के नाम में अपनी सरकारी भागीदारी गणतंत्र के दिवस के अवसर पर एक बार मैं आप सबको अपनी शुभकामनाएं देता हूँ तथा आप सभी को 3 बार मेरे बात बोलेंगे, जय हिंद। मैं बोलूंगा, आप लोग बोलेंगे जय हिंद, उसको दोहराएंगे जय हिंद, जय हिंद, जय हिंद, धन्यवाद।